ਮੇਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੇ ਇਸ ਲੈਕਚਰ ਵਿੱਚ ਅਸੀਂ ਕੰਪੋਜੀਸ਼ਨ ਆਫ ਫੰਕਸ਼ਨਸ ਐਂਡ ਇਨਵਰਟਿਬਲ ਆਫ ਫੰਕਸ਼ਨਸ ਬਾਰੇ ਪੜ੍ਹਾਂਗੇ ਲਾਸਟ ਲੈਕਚਰ ਦੇ ਵਿੱਚ ਅਸੀਂ ਕਾਈਂਡਸ ਆਫ ਫੰਕਸ਼ਨ ਪੜ੍ਹੀਆਂ ਸੀ 1-1 ਓਨ ਟੂ ਐਂਡ ਬਜੈਕਟ ਆਫ ਫੰਕਸ਼ਨਸ ਤਾਂ ਉਹਨਾਂ ਨਾਲ ਰਿਲੇਟਡ ਇੱਕ MCQ ਪੁੱਛੇ ਜਾਂਦੇ ਆ ਜਿਹਦੇ ਵਿੱਚ ਨੰਬਰ ਆਫ ਫੰਕਸ਼ਨਸ ਪੁੱਛਦਾ ਉਹ ਸਾਡਾ ਟੌਪਿਕ ਹੀ ਰਹਿ ਗਿਆ ਸੀ ਅਸੀਂ ਉਹ ਡਿਸਕਸ ਕਰਨਾ ਪਹਿਲਾਂ ਥੋੜਾ ਜਿਹਾ ਨੰਬਰ ਆਫ ਫੰਕਸ਼ਨਸ ਫਰੋਮ ਵਨ ਸੈਟ ਟੂ ਅਨਦਰ ਸੈਟ ਤੋ ਅਸੀਂ ਇੱਕ ਤਾਂ ਕੁਐਸਚਨ ਇਹ ਬਣਦਾ ਹੁੰਦਾ ਵੀ ਤੁਹਾਨੂੰ ਦੋ ਸੈਟ ਦਿੱਤੇ ਹੋਣਗੇ ਤੁਹਾਨੂੰ ਪੁੱਛੇਗਾ ਵੀ ਟੋਟਲ ਫੰਕਸ਼ਨ ਕਿੰਨੇ ਡਿਫਾਈਨ ਕੀਤੇ ਜਾ ਸਕਦੇ ਆ ਫਿਰ ਉਹ ਨੈਕਸਟ ਪੁੱਛੇਗਾ 1 ਵਨ ਕਿੰਨੇ ਡਿਫਾਈਨ ਕੀਤੇ ਜਾ ਸਕਦੇ ਆ 1 ਟੂ ਕਿੰਨੇ ਡਿਫਾਈਨ ਕੀਤੇ ਜਾ ਸਕਦੇ ਆ ਸੋ ਅਸੀਂ 1 ਬਾਈ 1 ਇਤਨੇ ਫਾਰਮੂਲੇ ਜਾਂ ਚਾਰੇ ਫਾਰਮੂਲੇ ਡਿਸਕਸ ਕਰਾਂਗੇ ਨਾਲੇ ਉਹਨਾਂ ਦੇ ਕੁਐਸਚਨ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਸਾਡੇ ਕੋਲ ਜਿਹੜਾ ਬਿਲਕੁਲ ਫਰਸਟ ਕੁਐਸਚਨ ਹੈ ਪਹਿਲੇ ਸਟੇਟਮੈਂਟੋਂ ਪੜ੍ਹ ਲਓ ਵੀ ਅਗਰ ਉਪਸ ल दो सैट देते हुए लैट ए एन बी बी टू फाइन सैट्स हैविंग एम एंड एन एलिमेंट्स रिस्पेक्टिवली, दैन टोटल नंबर ऑफ फंक्शन फ्रॉम द सेट ए टू द सेट बी आर एन रेस टू पावर एम सो वट मीन ऑर्डर ऑफ बी रेस टू पावर ऑर्डर ऑफ ए सो ऑर्डर ऑफ ए रेज टू पावर ऑर्डर ऑफ बी सो देखते हैं जी सपोज करो भी को सैट है सपोज करो ए सैट है वो दो एलीमेंट वन टू ਇੱਕ ਹੋਰ ਸੈਟ ਹੈ b ਉਹਦੇ ਵਿੱਚ ਸਪੋਜ਼ ਕਰੋ ਤਿੰਨ ਐਲੀਮੈਂਟਸ ਆ ਸਪੋਜ਼ ਕਰੋ ਐਲੀਮੈਂਟ ਹੈਗੇ p q r so ਨੰਬਰ ਆਫ ਐਲੀਮੈਂਟਸ ਇਨ ਆਰਡਰ ਆਫ a 2 ਐਂਡ ਆਰਡਰ ਆਫ b 3 so as per the formula ਟੋਟਲ ਨੰਬਰ ਆਫ ਫੰਕਸ਼ਨਸ ਕਿੰਨੇ ਹੋਣੇ ਚਾਹੀਦੇ ਆ ਟੋਟਲ ਨੰਬਰ ਆਫ ਫੰਕਸ਼ਨਸ ਉਹ ਹੋਣੇ ਚਾਹੀਦੇ ਆ this one so what do I you mean 3 2 2 9 ਸੋ ਜੇ ਉਲਟ ਕਰਕੇ ਪੁੱਛ ਲੈਂਦੇ ਸਪੋਜ਼ ਕਰ ਲਓ ਇਦਾਂ ਪੁੱਛ ਲੈਂਦੇ ਵੀ ਪੀ ਕਯੂ ਆਰ ਤੋਂ ਲੈ ਕੇ ਸੈਟ 1 2 ਤੱਕ ਕਿੰਨੇ ਫੰਕਸ਼ਨ ਡਿਫਾਈਨ ਕੀਤੇ ਜਾ ਸਕਦੇ ਆ ਸੋ ਸਾਡੇ ਕੋਲ ਇੱਥੇ ਤਿੰਨ ਸੀ ਇੱਥੇ ਦੋ ਸੀ ਸੋ ਗਿਵਨ ਅਸੇ ਫਾਰਮੂਲਾ ਫਿਰ 2 3 8 ਸੋ ਇਹ ਫਾਰਮੂਲਾ ਬੇਟਾ ਧਿਆਨ ਨਾਲ ਲਗਾਉਣਾ ਇਹ ਪੁੱਛ ਲੈਂਦੇ ਆ ਅਕਸਰ ਇੱਕ ਉਮੀਦ ਹੈਗੀ ਐ ਇਦਾਂ ਦਾ ਕੁਐਸਚਨ ਤੁਹਾਨੂੰ ਪੁੱਟ ਕਰਨ ਲਈ ਸੋ ਨੈਕਸਟ ਦੇਡੀ ਸਾਰੀ ਟਾਈਪ ਹੈਗੀ ਐ ਨੈਕਸਟ ਟਾਈਪ ਆ ਸਾਡੀ ਉਹ ਹੈਗੀ ਆ 1-1 ਫੰਕਸ਼ਨ ਕਿੰਨੇ ਹੋ ਸਕਦੇ ਆ 1 ਫੰਕਸ਼ਨ 1-1 ਫੰਕਸ਼ਨ ਇੱਥੇ ਥੋੜਾ ਫਾਰਮੂਲਾ ਇਦਾਂ ਕਰਕੇ ਲਿਖਦਾ ਵੈਸੇ ਸੌਖਾ ਕਰਕੇ ਲਿਖ ਲੈਂਦੇ ਤਾਂ ਇਦਾਂ n p r e ਬਣ ਜਾਣਾ ਸੀ ਇਹਨੇ ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਤਾਂ ਇਹ ਸਾਡੇ ਕੋਲ ਨਾ ਦੇਖੋ m ਤੇ n ਉਹ ਦੋਨੇ ਇਕੁਅਲ ਨਹੀਂ ਹੈਗੇ ਸੋ ਦੋ ਕੇਸ ਬਣ ਜਾਂਦੇ ਹਨਾ ਇੱਕ ਤਾਂ m n ਇਕੁਅਲ ਵੀ ਹੋ ਸਕਦੇ ਆ ਤੇ ਇੱਕ ਦੂਸਰਾ ਕੇਸ ਆ ਜਿਹੜਾ एम ग्रेटर दैन एन सपोज़ करो भी साढ़े को एक सैट आज है तेन एलीमेंट वन टू थ्री एक होर सैट है बी वो सपोज करो भी दो एलीमेंट है पी क्यू मतलब एम वैल्यू थ्री है एन की वैल्यू जी है वह टू है सो इधरों तो एलीमेंट ਇਦਰ ਸੀ 1 2 3 ਇਦਰ ਸੀ ਦੋ ਹੀ ਐਲੀਮੈਂਟ ਪੀ ਐਂਡ ਕਿਉ ਹੁਣ ਮੈ ਸਪੋਜ਼ ਕਰੋ ਵੀ ਇੱਕ ਨਾਲ ਇੱਕ ਅਟੈਚ ਹੋ ਜਾਊਗਾ ਤਾਂ ਤੀਸਰਾ ਐਲੀਮੈਂਟ ਫਿਰ ਕਿੱਥੇ ਜਾਊਗਾ ਫਿਰ ਕਿਸੇ ਹੋਰ ਨਾਲ ਹੀ ਅਟੈਚ ਹੋਊਗਾ ਨਾ ਤਾਂ ਫੰਕਸ਼ਨ 1 1 ਨਹੀਂ ਰਹਿਣਾ ਸੋ ਇਹ ਗੱਲ ਕਲੀਅਰ ਆ ਅਗਰ ਸਾਡੇ ਡੋਮੇਨ ਸੈਟ ਦੇ ਵਿੱਚ ਐਲੀਮੈਂਟ ਜ਼ਿਆਦਾ ਰਹਿਣ ਸੈਟ ਨਾਲੋਂ ਤਾਂ ਕਦੇ ਵੀ ਫੰਕਸ਼ਨ ਉਹ 1 1 ਨਹੀਂ ਹੋ ਸਕਦਾਗਾ ਸੋ ਜ਼ੀਰੋ ਫੰਕਸ਼ਨ ਹੋਣਗੇ ਜਿਹੜੇ 1 1 ਹੋਣਗੇ ਹਨਾ ਸੋ ਬਟ ਜੇ ਕੇਸ ਉਲਟ ਹੈਗਾ ਵੀ ਸਪੋਜ਼ ਕਰੋ ਤੁਹਾਡੇ ਕੋਲ ਇੱਕ ਸੈਟ ਆ 1 2 ਤੇ ਦੂਸਰਾ ਸੈਟ ਹੈਗਾ ਸਪੋਜ਼ ਕਰੋ ਪੀ ਕਯੂ ਆ ਉਹਦੇ ਵਿੱਚ ਇਹਦੇ ਵਿੱਚ ਦੋ ਐਲੀਮੈਂਟ ਹੈ ਉਹਦੇ ਵਿੱਚ ਤਿੰਨ ਐਲੀਮੈਂਟ ਹੈ ਹੁਣ ਡਿਫਾਈਨ ਹੋਣਗੇ ਹਨਾ ਸੋ ਸੋ ਫਾਰਮੂਲੇ ਅਕੋਰਡਿੰਗ ਲਿਖਨੇ ਹੋਣਗੇ ਫॉर ਟੋਟਲ ਨੰਬਰ ਆਫ ਫੰਕਸ਼ਨਸ ਹੋਣਗੇ ਸਾਡੇ ਕੋਲ ਐਨ ਪੀ ਐਮ ਮੀਨਸ 3 ਪੀ 2 ਸੋ ਦਾ ਫਾਰਮੂਲਾ ਬੇਟਾ ਹੁੰਦਾ ਹੋਈ 3 ਫੈਕਟੋਰੀਅਲ 3 2 ਫੈਕਟੋਰੀਅਲ थ्री फैक्टोरील बाय वन फैक्टोरीयल थ्री फैक्टोरीअल सिस होपफुली तक ये गल पता लग गई होनी है सो so, उस तो बाद तीसरी जी सा टाइप हैगी है ओन है, टू फंक्शन की ओन टू फंक्शन ली देखो दो केस है ना केस वन केस वन भी सपोज करो भी ऑर्डर ऑफ ए इज इक्वल टू ऑर्डर ऑफ बी है अगर एक केस है ऑर्डर ऑफ ए इज इक्वल टू ऑर्डर ऑफ बी है सो so, जो फिर टोटल फंक्शन हो ਜੇ ਆਰਡਰ ਸੇਮ ਹੈ ਮਤਲਬ ਸੇਮ ਨੰਬਰ ਫੈਲੀਮੈਂਟ ਸਪੋਜ਼ ਕਰੋ ਵੀ ਇਹਨਾਂ ਦੇ ਵਿੱਚ ਐਨਲੀਮੈਂਟ ਆ ਦੈਨ ਟੋਟਲ ਜਿਹੜੀਆਂ ਬਾਈਜੈਕਸ਼ਨਸ ਹੋਣਗੀਆਂ ਉਹ ਹੋਣਗੀਆਂ ਐਨ ਫੈਕਟੋਰੀਅਲ ਸਪੋਜ਼ ਕਰੋ ਤੁਹਾਨੂੰ ਕੁਐਸਚਨ ਪੁੱਟ ਕਰ ਲਿਆ ਵੀ ਇੱਕ ਸੈੱਟ ਆ ਜੀ 1 2 3 4 ਤੇ 1 2 ਸੇਮ ਸੈੱਟ ਤੱਕ ਕਿੰਨੀਆਂ ਬਾਈਜੈਕਸ਼ਨ ਡਿਫਾਈਨ ਕੀਤੀਆਂ ਜਾ ਸਕਦੀਆਂ ਸੋ ਯੂਰ ਆਨਸਰ ਇਜ਼ 4 ਫੈਕਟੋਰੀਅਲ 4 ਫੈਕਟੋਰੀਅਲ ਮੀਨਸ 24 ਬਟ ਜੇ ਥੋੜਾ ਸਲਾਈਟਲੀ ਜੇ ਨੰਬਰ ਡਿਫਰੈਂਟ ਕਰ ਦੇਣ ਉਹ ਇਕੁਅਲ ਨਾ ਹੋਣ ਫਿਰ ਕਿਵੇਂ ਕਰਨਾ ਉਹਨੂੰ ਸਪੋਜ਼ ਕਰੋ ਤੁਹਾਨੂੰ ਇੱਕ ਹੈਗਾ ਸਪੋਜ਼ ਕਰੋ ਨੰਬਰ ਆਫ 엘িমੈਂਟਸ ਇਨ A 6 ਐਂਡ ਨੰਬਰ ਆਫ 엘িমੈਂਟਸ ਇਨ B 3 ਦੈਨ ਨਾਊ ਕੈਲਕੂਲੇਟ ਦਾ ਟੋਟਲ ਨੰਬਰ ਆਫ ਓਨ ਟੂ ਫੰਕਸ਼ਨ ਫਰੋਮ ਦਾ ਸੈਟ A ਟੂ ਦਾ ਸੈਟ B ਤਾਂ ਸਾਡੇ ਕੋਲ ਜਿਹੜਾ ਰਿਜ਼ਲਟ ਹੈਗਾ ਉਹ ਤੁਹਾਡੇ ਸਕਰੀਨ ਤੇ ਲਿਖਿਆ ਹੋਇਆ ਸੋ ਉਹ ਕੀ ਹੈ ਉਹ ਸਮੇਸ਼ਨ R 1 2 एन टू मिनट सॉरी माइनस वन माइनस वन रिज टू पावर एन माइनस आ एन सी आर आर रिज टू पावर एम सो केयरफुल बेटा इतने वैल्यूज फिलअप कर दो जमें तो दसियां हुई है सो so जो तीस करोंगे एन दी वैल्यू तो है थ्री आर वन डू थ्री माइनस वन माइनस वन रिज पावर थ्री माइनस आर थ्री आर एंड वट इज़ वट इज़ एम एम इज सिक्स सो बेटा वैल्यूज फिल कीतियाँ तेन ही होनी ये सो तीस वन फिल करों तो इन्हें वन थ्री सी वन एंड वन रेज टू पावर सिक्स ਫਿਰ ਜਦੋਂ ਤੁਸੀਂ 2 ਫਿਲ ਕੀਤਾ ਮਾਈਨਸ ਹੋ ਜਾਣਾ ਸੀਗਾ ਸੋ ਦੂਸਰੀ ਬਾਨੀ ਸੀ ਸਾਡੇ ਕੋਲ 3c2 2^6 ਐਂਡ ਥਰਡ ਵਨ ਇਜ਼ 3c3 ਕੰਬੀਨੇਸ਼ਨ ਵਾਲਾ ਸੋ ਇਹ ਬਾਨਾ ਸੀ ਤੇਰੇ ਕੋਲੇ 3^6 ਸੋ ਇੱਕ ਯਾਦ ਰੱਖਿਓ ਇਹਦਾ ਕੰਬਿਨ ਪਰਮਿਟੇਸ਼ਨ ਕੰਬੀਨੇਸ਼ਨ ਵਾਲਾ ਚੈਪਟਰ ਚੱਪਾ ਕੀਤਾ ਸੀ ਐਨ ਸੀ ਆਰ ਦਾ ਫਾਰਮੂਲਾ ਕੀ ਹੁੰਦਾ ਐਨ ਫੈਕਟੋਰੀਅਲ r ਫੈਕਟੋਰੀਅਲ n ਮਾਈਨਸ r ਫੈਕਟੋਰੀਅਲ so, ਸੋ a 3c1 ਦੀ ਵੈਲਿਊ ਤਾਂ ਬੇਟਾ ਜੀ ਆ ਗਈ 3 ਤਾਂ 3c2 ਦੀ ਵੈਲਿਊ ਇਹ ਵੀ ਆ ਜਾਣੀ ਆ ਤੁਹਾਡੇ ਕੋਲ 3 ਤੇ ਆਹ ਤੁਹਾਡੇ ਕੋਲ ਹੋ ਗਿਆ ਬੇਟਾ ਜੀ 64 ਤੁਸੀਂ ਸੋਲਵ ਕਰਕੇ ਦੇਖ ਲਓ 3c1 ਹੁੰਦਾ ਬੇਟਾ ਤਾਂ 1 3 6 ਇਹ ਹੋ ਜਾਣਾ ਜੀ ਤੁਹਾਡੇ ਕੋਲ ਆ 729 ਸੋ ਤੁਸੀਂ ਬਟਾ ਨੂੰ ਮਲਟੀਪਲਾਈ ਕੀਤਾ 729 ਮਾਈਨਸ ਇਹ ਤੁਹਾਡੇ ਕੋਲ ਹੋ ਗਿਆ 192 ਤਾਂ ਇਹਨੂੰ ਬੜਾ ਸੋਲਵ ਕੀਤਾ ਸਬਟ੍ਰੈਕਟ ਕਰੋ ਤਾਂ ਆਈ ਥਿੰਕ 540 ਹਾਂਜੀ 500 ਤੇ 40 ਕੁਐਸਚਨਸ ਇਦਾਂ ਐ ਸੋਰੀ ਇਹ ਬਣ ਗਏ ਇਹ ਫੰਕਸ਼ਨ ਜਿਹੜੇ ਓਨ ਟੂ ਹੋਣਗੇ ਇਦਾਂ ਦਾ ਕੁਐਸਚਨ ਦੇਖੋ ਮੈਂ ਐਨੇ ਨੰਬਰ ਆਫ एलिमेंट्स ਨਹੀਂ ਜਿਆਦਾ ਲੈ ਲੇ ਹੋ ਸਕਦਾ ਤੁਹਾਨੂੰ ਉਹਦੇ ਵਿੱਚ ਹੋਰ ਘੱਟ ਲੈ ਜੀ ਸੋ ਚਾਰ ਫਾਰਮੂਲੇ ਤੁਸੀਂ ਡਿਸਕਸ ਕਰ ਚੁੱਕੇ ਹੋ ਉਸ ਤੋਂ ਬਾਅਦ ਬੇਟਾ ਹੈ ਨੈਸ ਜਿਹੜੀ ਨੈਕਸਟ ਟਾਪਿਕ ਆ ਸਾਡਾ ਕੰਪੋਜੀਸ਼ਨ ਆਫ ਮੈਪਸ ਇਹਦੇ ਵਿੱਚ ਕੀ ਆ ਵੀ ਸਾਡੇ ਕੋਲ ਇੱਕ ਫੰਕਸ਼ਨ ਦਿੱਤਾ ਫਰੋਮ ਸੈਟ A ਟੂ B ਹੈ ਤਾਂ ਇੱਕ ਹੋਰ ਸੈਟ ਆਪ B ਟੂ C ਹੈ ਹਨਾ ਸੋ ਇੱਕ ਸੈਟ ਦੇ ਵਿੱਚ ਉਹਨੂੰ f ਲੈ ਕੇ ਜਾ ਰਿਹਾ ਇਹ ਤੋਂ ਅਬੀ ਤੱਕ f ਲੈ ਕੇ ਜਾ ਰਿਹਾ ਤੇ g ਹੈ ਜਿਹੜਾ B ਤੋਂ C ਲੈ ਕੇ ਜਾ ਰਿਹਾ ਤੁਸੀਂ ਸਮਝ ਲਓ ਵੀ ਤੁਸੀਂ ਇੱਕ ਇੱਕ ਸ਼ਹਿਰ ਤੋਂ ਤੀਸਰੇ ਸ਼ਹਿਰ ਜਾਣਾ ਇੱਕ ਵਿਚਕਾਰ ਹੋਰ ਸ਼ਹਿਰ ਹੈਗਾ ਤਾਂ ਤੁਸੀਂ ਜਦੋਂ ਪਹੁੰਚਣਾ ਹੈ ਤਾਂ ਸਪੋਜ਼ ਕਰੋ ਪਹਿਲਾਂ ਤੁਸੀਂ ਬਸ ਤੇ ਗਏ ਹੋ ਬਾਅਦ ਵਿੱਚ ਤੁਸੀਂ ਟ੍ਰੇਨ ਤੇ ਗਏ ਹੋ ਹਨਾ ਤੁਹਾਡਾ ਰੂਟ ਹੈ ਜਿਹੜਾ ਵੈਸੇ ਗਏ ਤਾਂ ਤੁਸੀਂ ਪਹਿਲੇ ਤੋਂ ਤੀਜੇ ਸ਼ਹਿਰ ਵਿੱਚ ਹਨਾ ਦੂਸਰਾ ਤਾਂ ਵਿੱਚ ਜਸਟ ਤੁਹਾਡੀ ਇੱਕ ਰਸਤੇ ਦੇ ਵਿੱਚ ਇੱਕ ਟਿਕਾਣਾ ਹੀ ਸੀਗਾ ਸੋ ਇਹਦੀ ਇੱਕ ਸ਼ਰਤ ਹੁੰਦੀ ਹੈ ਅਗਰ ਤੁਸੀਂ ਕੰਪੋਜੀਸ਼ਨ ਆਫ ਮੈਪ ਦੀ ਗੱਲ ਕਰਨੀ ਹੈ ਤਾਂ ਇਹ ਜਿਹੜੀ ਪਹਿਲਾ ਫੰਕਸ਼ਨ ਹੈ ਨਾ ਉਹਦੀ ਰੇਂਜ ਹੈ ਮਤਲਬ ਰੇਂਜ ਆਫ ਐਫ ਮਸਟ ਬੀ ਦਾ ਸਬਸੈਟ ਆਫ ਦਾ ਡੋਮੇਨ ਆਫ ਦਾ ਸੈਕੰਡ ਫੰਕਸ਼ਨ ਮਤਲਬ ਆ ਗੱਲ ਯਾਦ ਰੱਖਣੀ ਹੈ ਫੇਰ ਹੀ ਇਹ ਡਿਫਾਈਨ ਹੁੰਦੀ ਹੈ ਆਦਰਵਾਈਜ਼ ਉਹ ਨਹੀਂ ਹੁੰਦੀਆਂ ਸੋ ਤੁਸੀਂ ਧਿਆਨ ਦਿਓ ਕਿ ਐਲੀਮੈਂਟ ਇੱਥੋਂ ਗਿਆ ਇਹ ਤੋਂ b ਚਲਾ ਗਿਆ ਉਹ ਬਣ ਗਿਆ ਸਪੋਜ਼ ਕਰੋ ਉਹ ਤੁਹਾਡਾ ਬਣ ਗਿਆ ਐਲੀਮੈਂਟ ਉੱਥੇ ਜਾ ਕੇ y ਇੱਥੇ ਬਣ ਗਿਆ y ਹੈ ਨਾ ਹੁਣ y ਨੂੰ ਚੱਕ ਕੇ ਕੌਣ ਲੈ ਗਿਆ y ਨੂੰ ਇੱਥੇ ਪਹੁੰਚ ਕੇ ਇਹ ਬਣ ਗਿਆ gy ਤਾਂ ਇਹ ਇਕੁਅਲ ਹੋ ਗਿਆ ਹੈ ਨਾ ਸੋ ਜੇ ਅਸੀਂ ਹੁਣ ਪਹਿਲੇ ਤੋਂ ਤੀਸਰੇ ਸੈਟ ਤੱਕ ਫੰਕਸ਼ਨ ਡਿਫਾਈਨ ਕਰ ਦਈਏ a ਟੂ c ਤਾਂ ਦੈਨ ਕੀ ਹੋਊਗਾ ਅੱਛਾ ਪਹਿਲਾ ਐਲੀਮੈਂਟ ਨੂੰ ਪਹਿਲਾਂ ਟ੍ਰੈਵਲ ਕਿਨੇ ਕਰਾ ਹੈ f ਨੇ ਕੀਤਾ ਫਿਰ ਉਹਨੂੰ ਕੌਣ ਲੈ ਕੇ ਗਿਆ ਅੱਗੇ ਜੀ ਸੋ ਤੁਹਾਡੇ ਕੋਲ ਐਚ ਕੀ ਦੇ ਇਕਲੋ ਗਿਆ ਜੀਓਐਫ ਹਨਾ ਕੰਪੋਜੀਸ਼ਨ ਹੋ ਗਈ ਇਸੇ ਤਰ੍ਹਾਂ ਅਸੀਂ ਐਫ ਉਹ ਜੀ ਵੀ ਡਿਫਾਈਨ ਕਰ ਸਕਦੇ ਹਾਂ ਉਹ ਡਿਪੈਂਡ ਕਰੂਗਾ ਤੁਹਾਡੇ ਡੋਮੇਨ ਤੇ ਰੇਂਜ ਵਾਲੇ ਸੈਟ ਕਿਹੜੇ ਦਿੱਤੇ ਹੋਏ ਆ ਸੋ ਸੌਖਾ ਜਿਹੜੇ ਤੁਹਾਨੂੰ ਇਹਦੇ ਕੁਐਸਚਨ ਜੇ ਸੌਖੇ ਜੇ ਪੁੱਟ ਕਰਦਾ ਪੰਜਾਬ ਬੋਰਡ ਸਪੋਜ਼ ਕਰੋ ਵੀ ਇੱਕ ਫੰਕਸ਼ਨ ਆ ਤੁਹਾਨੂੰ ਆਰ ਡੂ ਆਰ ਦਿੱਤਾ ਹੋਇਆ ਉਸ ਤੋਂ ਬਾਅਦ ਸਪੋਸ ਫੰਕਸ਼ਨ ਕੀ ਦਿੱਤਾ ਤੁਹਾਨੂੰ f(x) x^2 ਕੋਰ ਫੰਕਸ਼ਨ ਦਿੱਤਾ ਹੋਇਆ g ਉਹ ਵੀ r2 ਆ ਰਹੀ ਹੈ ਤਾਂ o ਫੰਕਸ਼ਨ ਸਪੋਸ ਕਰੋ ਤੁਹਾਨੂੰ ਜੀ ਦਿੱਤਾ g(x) sin(x) ਸੋ ਤੁਹਾਨੂੰ ਪੇਪਰ ਚ ਪੁੱਛ ਸਕਦਾ ਜੀ g o f ਤੇ f o g ਕੈਲਕੂਲੇਟ ਕਰੋ ਬੜਾਈ ਸਿੱਧਾ ਕੁਝ ਨਹੀਂ ਹੈਗਾ ਕਰਨ ਵਾਲਾ g(f(x)) ਕੀ ਹੋ ਗਿਆ ਬੇਟਾ ਬਨੈਕਸ ਨੂੰ ਪਲੇਟ ਕਰਾ ਦੋ ਐਫ ਤੇ ਸੋ ਐਫ ਐਕਸ ਦੀ ਜਿਹੜੀ ਐਫ ਦੀ ਵੈਲਿਊ ਹੈ ਫਿਲ ਕਰ ਦੋ ਸੋ ਐਫ ਐਕਸ ਦੀ ਵੈਲਿਊ ਕਿੰਨੀ ਹੈ ਉਹ ਤੁਹਾਡੇ ਕੋਲ ਹੈਗੀ ਹੈ ਐਕਸ ਸਕੁਅਰ ਤਾਂ ਜੀ ਦੇ ਵਿੱਚ ਕੀ ਹੈ ਜੋ ਵੀ ਚ ਇਨਸਰਟ ਕਰਦੇ ਆ ਉਹਦੇ ਨਾਲ ਸਾਈਨ ਲੱਗ ਜਾਂਦਾ ਸੋ ਇਹ ਕੀ ਹੋਗਾ ਸਾਡੇ ਕੋਲੇ ਸਾਈਨ ਐਕਸ ਸਕੁਅਰ ਤਾਂ ਇਸੇ ਤਰ੍ਹਾਂ ਜੇ ਤੁਸੀਂ ਐਫ ਉਹ ਜੀ ਦੀ ਗੱਲ ਕਰੋਗੇ ਪਹਿਲਾਂ ਫੰਕਸ਼ਨ ਤੇ ਜੋ ਜੀ ਪਲੇਟ ਕੀਤਾ ਤਾਂ ਜੀ ਐਕਸ ਦੀ ਵੈਲਿਊ ਕੀ ਸੀ ਬੇਟਾ ਜੀ ਉਹ ਤੁਹਾਡੀ ਵੈਲਿਊ ਸੀਗੀ ਸਾਈਨ ਐਕਸ sin x ਹੁਣ f ਕੀ ਕਰਦਾ ਜੋ ਵੀ ਇੱਥੇ ਇਨਸਰਟ ਕਰਦੇ ਹਾਂ ਉਹਦਾ ਸਕੁਅਰ ਕਰ ਦਿੰਦਾ ਸੋ ਇਹ ਕੀ ਹੋਗਾ ਤੁਹਾਡੇ ਕੋਲੇ sin² x ਹੋ ਗਿਆ ਹਾਂਜੀ ਬੇਟਾ ਸੋ ਇਹਨਾਂ ਦੇ ਆਪਾਂ ਕੁਝ ਇੱਕ ਇੱਕ ਨਾ ਰਿਜ਼ਲਟ ਆ ਬੜਾ ਇੰਪੋਰਟੈਂਟ ਯਾਦ ਰੱਖ ਲਿਓ ਜੀ ਇਹ ਤੁਹਾਡੇ ਕੰਮ ਆਉਣਗੇ ਐਕਸਪੋਜ਼ ਕਰੋ ਵੀ ਇੱਕ f ਫੰਕਸ਼ਨ ਆ a ਟੂ b ਆ ਇੱਕ ਹੋਰ ਫੰਕਸ਼ਨ ਹੈ ਜੀ ਹੈ ਜਿਹੜਾ ਬੀ ਤੋਂ ਸੀ ਹੈ অফਕੋਰਸ ਇਹ ਜਿਹੜੀ ਆਪਣੀ ਕੰਡੀਸ਼ਨ ਪੂਰੀ ਕਰ ਰਹੀ ਹੈ ਕਿ ਰੇਂਜ ਆਫ ਐਫ ਇਸ ਸਬਸੈਟ ਆਫ ਡੋਮੇਨ ਆਫ ਜੀ ਇਫ ਐਫ ਐਂਡ ਜੀ ਆਰ 1 1 ਤਾਂ ਦੈਨ ਜਿਹੜੀ ਉਹਨਾਂ ਦੀ ਕੰਪੋਜੀਸ਼ਨ ਮੈਪ ਸੀ ਕਿਹੜੀ ਸੀ ਉਹ ਜੀ ਆਫ ਐਫ ਇਸ ਆਲਸੋ 1 1 ਸੋ ਇਹਨੂੰ ਆਪਾਂ ਮੈਥਮੈਟਿਕਲ ਲੈਂਗੁਏਜ ਕੀ ਬੋਲਦੇ ਆਂ ਵੀ ਕੰਪੋਜੀਸ਼ਨ ਆਫ To maps is so, था था so, <coughs> आर टू इंजेक्टिव मैप्स इज इंजेक्टिव सो बेटा इंजेक्टिव ਦੀ ਥਾਂ ਤੇ ਅਗਰ ਸਰਜੈਕਟਿਵ ਵੀ ਕਰ ਦਾਂਗੇ ਤਾਂ ਵੀ ਉਹ ਗੱਲ ਟru ਹੈ ਜੇਕਰ ਬਾਈਜੈਕਟਿਵ ਕਰ ਦਾਂਗੇ ਤਾਂ ਵੀ ਉਹ ਗੱਲ ਟru ਹੈਗੀ ਆ ਸੋ ਉਸ ਤੋਂ ਬਾਅਦ ਸਿਮਿਲਰਲੀ ਤੁਸੀਂ ਉਹਦੇ ਵਿੱਚ ਹੀ ਗੱਲ ਅੱਗੇ ਦੀ ਅੱਗੇ ਕਰ ਸਕਦੇ ਹੋ ਸਪੋਜ਼ ਕਰੋ ਵੀ ਇੱਕ ਫੰਕਸ਼ਨ R ਟੂ R ਹੈ ਤੁਸੀਂ ਇਹ ਫੰਕਸ਼ਨ ਨੂੰ ਤੁਸੀਂ ਦੁਬਾਰੀ ਅਪਰੇਟ ਕਰ ਸਕਦੇ ਹੋ ਨਾ ਥੋੜਾ ਸੰਧ ਦੀ ਕੋਸ਼ਿਸ਼ ਕਰੋ ਸਪੋਜ਼ ਕਰੋ ਵੀ ਤੁਹਾਡੇ ਕੋਲ ਇੱਕ ফাংশਨ ਲਿਖਿਆ ਹੋਇਆ ਵੀ f(r) 2r ਤੇ ਤੁਸੀਂ ਸਪੋਜ਼ ਕਰੋ ਵੀ f(o)f ਕੱਢਣਾ ਚਾਹੁੰਦੇ ਹੋ ਹਨ ਤਾਂ ਕੀ ਹੋ ਰਿਹਾ ਆ ਸਪੋਜ਼ ਕਰੋ r ਹੈ ਤਾਂ ਆ ਇੱਕ ਲਿਮਟ x x ਸੀ ਇਹਦੇ ਵਿੱਚ ਹੀ ਇੱਥੇ ਆ ਕੇ f(x) ਬਣ ਗਿਆ ਵਿੱਚ ਹੀ ਰਹਿਣਾ ਨਾ ਇਸ ਤੋਂ ਬਾਅਦ ਇਹ ਨਵਾਂ ਇੱਕ ਲਿਮਟ ਬਣ ਗਿਆ y ਇਹਨੂੰ ਫੇਰ ਦੁਬਾਰਾ ਫੇਰ ਇੱਥੇ ਕਿਤੇ ਲੈ ਗਏ f(y) ਜਸਟ ਮੈਂ ਵੱਡਾ ਕਰਕੇ ਦੱਸਦਾ ਤੁਹਾਨੂੰ ਇੱਕ ਮਿੰਟ ਰੁਕੋ ਜਸਟ ਅ ਮੂਮੈਂਟ जगह बना लीए आप हाँ जी सपोज करो थोड़े तो को फंक्शन है आर आर टू आर सो एफ ओ एफ का की मतलब है ਕੁਝ ਵੀ ਨਹੀਂ ਮਤਲਬ ਨਹੀਂ ਹੈ ਆ ਸਪੋਜ਼ ਕਰੋ ਤੇ ਦੇ ਕੋਲੇ x ਆ ਸੌਰੀ r ਹੈ ਸੈਕੂਰੀਅਲ ਨੰਬਰਸ ਤਾਂ ਇਟ ਜਸ ਸੀਕਲਿਮਟ ਚੱਕਿਆ x ਨੂੰ ਜਦੋਂ ਅਸੀਂ ਲੈ ਗਏ ਤੇ f ਅਪਰੇਟ ਕੀਤਾ ਤੇ ਇਹ r ਵਿੱਚ ਹੀ ਰਹਿ ਗਿਆ fx ਸਪੋਜ਼ ਕਰੋ ਇਹ ਨਵਾਂ ਐਲੀਮੈਂਟ ਆ y ਹੁਣ y ਤੇ ਫੇਰ f ਅਪਰੇਟ ਕੀਤਾ ਤੇ ਇਹ ਨਵਾਂ ਐਲੀਮੈਂਟ ਬਣ ਗਿਆ fy ਪਰ ਜੇ ਹੁਣ ਅਸੂ y ਦੀ ਵੈਲਿਊ ਬੈਕ ਕਰ ਦਈਏ ਤਾਂ ਇਹਨੇ ਬਣ ਜਾਣਾ f fx ਸੋ ਇਹ ਨੂੰ ਫਿਰ ਅਸੀਂ ਕਿਦਾਂ ਲਿਖ ਸਕਦੇ ਆ ਇਹਨੂੰ ਲਿਖ ਸਕਦੇ ਆ f(f(x)) ਸੋ ਕਈ ਵਾਰ ਤੁਹਾਨੂੰ ਏਦਾਂ ਦਾ ਇੱਕ ਕਹਿਦਾ ਹੁੰਦਾ ਵੀ ਕੁਐਸਚਨ ਵੀ ਇਹਨੂੰ ਸੋਲਵ ਕਰੋ ਜਿਵੇਂ ਹੁਣ ਇੱਕ ਕੁਐਸਚਨ ਆ ਮੈਂ ਤੁਹਾਨੂੰ ਐਸੀ ਦੱਸ ਦਿੰਦਾ ਨਾ ਵੀ ਕੁਐਸਚਨ ਇੰਪੋਰਟੈਂਟ ਆ ਸਾਡੀ NCERT ਦੇ ਵਿੱਚ ਦਿੱਤਾ ਹੋਇਆ ਵੀ ਸਾਨੂੰ f x ਇੱਕ ਫੰਕਸ਼ਨ ਦਿੱਤਾ ਹੋਇਆ 3 x^3 1/3 ਦੈਨ ਸਾਨੂੰ ਕੀ ਕਿਹਾ f(f(x)) ਜਿਹੜਾ ਉਹ ਏਵੈਲਿਊਏਟ ਕਰੋ ਬਹੁਤ ਇੰਪੋਰਟੈਂਟ ਕੁਐਸਚਨ ਆ ਐਕਸਪੈਕਟਡ ਆ ਇਹ ਤੁਸੀਂ ਕੀ ਕਰਨਾ ਤੁਸੀਂ ਕੋਈ ਚੱਕਰ ਨਹੀਂ ਅਸੀਂ ਇਦਾਂ ਕਰਦੇ ਆ ਇਹਦੀ ਡੈਫੀਨੇਸ਼ਨ ਕੀ ਕਹਿੰਦੀ ਆ ਸਾਡੀ ਡੈਫੀਨੇਸ਼ਨ ਇਹ ਕਹਿੰਦੀ ਆ ਵੀ ਐਫ ਐਕਸ ਇਥੇ ਆਪਰੇਟ ਕਰ ਲੈ ਸੋ ਇਹਨੂੰ ਸੌਖਾ ਕਰਨ ਵਾਸਤੇ ਨਾ ਤੁਸੀਂ ਇਹਨੂੰ ਵਾਈ ਲੈ ਲਓ ਸੋ ਤੁਹਾਡੇ ਕੋਲ ਕੀ ਹੋ ਗਿਆ ਇਹ ਐਫ ਵਾਈ ਹੋ ਗਿਆ ਥੇਰ ਵਾਈ ਇਕੁਅਲ ਟੂ ਐਫ ਐਕਸ ਸੋ ਸਾਡੀ ਫੰਕਸ਼ਨ ਦੀ ਡੈਫੀਨੇਸ਼ਨ ਕਿ ਉਹ ਜੋ ਵੀ ਇਨਸਰਟ ਕਰਦੇ ਹੋ ਉਹਦੇ ਨਾਲ ਹਸ਼ਰ ਕੀ ਹੁੰਦਾ ਦਿਸ ਵਨ ਆ ਵਾਲਾ ਸੋ ਇਸ ਤੇ ਵਾਈ ਇਨਸਰਟ ਕੀਤੀ ਤਾਂ ਵਾਈ ਦਾ ਕੀ ਬਣਨਾ ਸੀਗਾ 3 Minus -y 3 1/3 ਸੋ ਇਹ ਸਾਡੀ ਡੈਫੀਨੇਸ਼ਨ ਸੀ ਸੋ y ਦਾ ਮਤਲਬ ਕੀ ਸੀਗਾ ਉਹ ਸੀਗਾ 3 fx 3 1/3 ਹੁਣ ਜਿਹੜੀ fx ਦੀ 기ਵਨ ਵੈਲਿਊ ਆ ਬੇਟਾ ਉਹਨੂੰ ਵਾਪਸ ਕਰ ਦੋ ਫਿਲ ਕਰ ਦੋ ਉਹਦੇ ਵਿੱਚ ਤਾਂ ਕੀ ਬਣ ਗਈ ਉਹ 3 fx ਦੀ ਵੈਲਿਊ ਕਿੰਨੀ ਸੀ ਸਾਡੇ ਕੋਲ ਉਹ ਸੀਗੀ ਬੇਟਾ ਜੀ 3 x³ 1/3 3 1/3 ਕੁਛ ਨਹੀਂ ਕੀਤਾਗਾ ਆ ਜਿਹੜੀ ਤੁਹਾਡੀ ਐਸ ਏਰੀਆ ਦੇ ਵਿੱਚ ਵੈਲਿਊ ਸੀ ਆ ਫੰਕਸ਼ਨ ਦੀ ਇੱਥੇ ਦੇਖੋ ਧਿਆਨ ਨਾਲ ਆ ਵੈਲਿਊ ਆ ਇੰਨੇ ਨਾ ਡਾਰਕ ਕਰਤਾ ਮੈਂ ਆ ਫਿਲ ਕਰਤਾ ਆ ਸ਼ੇਡ ਕਰਤਾ ਹੁਣ ਕੀ ਹੋਇਆ आ थ्री है जोड़ा सा कैंसल हो गया सो so, कि बन गया साढ़े को सा बन गया थ्री माइनस थ्री प्लस एक्स क्यूब रेज टू पावर वन बाय थ्री थ्री नाल थ्री कैंसल ऑड हो गया एक्स क्यूब रेज टू पावर वन बाय थ्री थ्री फिर थ्री कैंसल हो गया सो so, एक्स सो so साढ़े को रिजल्ट आ गया एफ ओ एफ एक्स इज एकल टू ਐਕਸ ਇੰਪੋਰਟੈਂਟ ਹੈ ਬੜਾ ਯਾਦ ਕਰ ਲਓ ਡਾਇਰੈਕਟ MCQ ਇਹਦੇ ਤੇ ਐਗਜ਼ਾਮੀਨਰ ਤੁਹਾਡੇ ਤੋਂ ਪੁੱਛ ਸਕਦਾ ਸੋ ਇਸ ਤਰ੍ਹਾਂ ਨਾਲ ਹੋਰ ਵੀ ਕੁਝ ਕੁਐਸਚਨਸ ਹੈਗੇ ਆ ਜਿਹੜੇ ਤੁਹਾਡੇ ਕੋਲ ਇੱਕ ਡਿਫਰੈਂਟ ਮੀਨ ਨਾਲ ਪੁੱਛਦਾ ਜਸਟ ਅ ਮੂਮੈਂਟ ਮੈਨੂੰ ਥੋੜੀ ਜਗ੍ਹਾ ਬਣਾਉਣ ਦਿਓ ਜਸਟ ਅ ਮੂਮੈਂਟ ਹਾਂਜੀ ਸੋ ਇੱਕ ਹੋਰ ਇੰਪੋਰਟੈਂਟ ਕੁਐਸਚਨ ਹੈ ਜਿਹੜਾ ਮੈਂ ਤੁਹਾਨੂੰ ਡਿਸਕਸ ਕਰਨਾ ਚਾਹਣਾ ਇਦਾਂ ਦੇ ਵੀ ਤੁਹਾਨੂੰ ਟਾਈਪ ਬਣ ਜਾਂਦੀ ਹੈ ਕੁਐਸਚਨ ਲੈਟ f(x) x^2 ਐਂਡ g(x) then solution set of then solution set of f o g x equal to g of f x is char options bita dete hoyian tonu ek set of real numbers ek singleton set zero ek option ditti hui hai sanu 0 3 so, so, 2 ਇੱਕ ਲਾਸਟ ਆਪਸ਼ਨ ਦਿੱਤੀ ਹੈ ਨਨ ਆਫ ðiਸ ਸੋ ਮੇਟਾ ਇਦਾਂ ਦੇ ਕੁਐਸਚਨਸ ਕਿਵੇਂ ਕਰਨੇ ਆ ਜਿਵੇਂ ਜਿਵੇਂ ਐਗਜ਼ਾਮੀਨਰ ਨੇ ਕਿਹਾ ਉਹਨੂੰ ਫਾਲੋ ਕਰੋ ਪਹਿਲਾਂ ਤਾਂ ਉਹਨੇ ਐਫ ਉਹ ਜੀ ਕੱਢਣ ਨੂੰ ਕਿਹਾ ਐਫ ਉਹ ਜੀ ਮੀਨਸ ਐਫ ਜੀ ਆਫ ਐਕਸ ਸੋ ਜੀ ਐਕਸ ਦੀ ਵੈਲਿਊ ਫਿਲ ਕਰ ਦੋ ਕਿੰਨੀ ਸੀ ਬੇਟਾ 2 ਰੇਸ ਟੂ ਪਾਵਰ ਐਕਸ ਤੇ ਐਫ ਕੀ ਕਰਦਾ ਉਹਦਾ ਸਕੁਅਰ ਕਰ ਦਿੰਦਾ 2 ਐਕਸ ਸਕੁਅਰ सो वट ड मीन एक ही हो टू रेज टू पावर टू एक्स नैक्स असी क्डनी है जी ऑफ एफ एक्स सो एक ही हो गया बेटा जी जी एफ एक्स एफ एक्स की की वैल्यू है साढ़े को बेटा एफ so एक्स स्केर सो य डेफीनेशन की है जी दवर टू रेज टू ने पावर रेज कर देनी है सो so एक ही हो टू रेज टू पावर एक्स स्केयर तो जुमें सू गिवन है भी दोनों इक्वल ने तो मतलब की है भी टू रेज टू पावर टू एक्स इज इक्वल टू टू रेज टू पावर x2 ਤੁਹਾਨੂੰ ਪਤਾ ਹੈ ਵੀ بیس ਇਕੁਅਲ ਹੋਣ ਤਾਂ ਉਹਨਾਂ ਦੀ ਜਿਹੜੀਆਂ ਪਾਵਰ ਕੀ ਹੁੰਦੀਆਂ ਬੇਟਾ ਇਕੁਅਲ ਹੁੰਦੀਆਂ ਸੋ ਇੱਥੋਂ ਕੀ ਆ ਗਿਆ ਸਾਡੇ ਕੋਲ x2 2x ਸੋ so, x2 2x 0 x ਬੇਟਾ ਕਾਮਨ ਕੱਢ ਲਓ ਇਹ ਬਣ ਗਿਆ x 2 0 ਸੋ ਸਾਡੇ ਕੋਲ x ਦੀਆਂ ਦੋ ਵੈਲਿਊਜ਼ ਆ ਗਈਆਂ ਇੱਕ 0 ਇੱਕ 2 ਸੋ ਸਾਡਾ ਸੀ ਆਨਸਰ ਬਣ ਗਿਆ ਉਹ ਨੈਕਸਟ ਇਨਵਰਸੀ ਇਨਵਰਸ ਆਫ ਫੰਕਸ਼ਨ ਇਨਵਰਟਿਬਲ ਫੰਕਸ਼ਨ ਇਨਵਰਸੀਬਲ ਫੰਕਸ਼ਨ ਨਾ ਨਵਰਸ ਆਫ ਫੰਕਸ਼ਨ ਇਥੇ ਲਿਖਣਾ ਸੀ ਇਨਵਰਸ ਆਫ ਫੰਕਸ਼ਨ ਜਾਂ ਇਨਵਰਟਿਬਲ ਇਨਵਰਟਿਬਲ ਫੰਕਸ਼ਨਸ ਸੋ ਇਹਦੇ ਵਿੱਚ ਬੇਟਾ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰਿਓ ਇਹਦੇ ਕੀ ਪੁਆਇੰਟਸ ਤੇ ਬਾਅਦ ਚਾਉਨੇ ਆ ਸਪੋਜ਼ ਕਰੋ ਵੀ ਸਾਡੇ ਕੋਲ ਇੱਕ ਫੰਕਸ਼ਨ ਹੈ ਐਫ ਉਹ ਹੈਗਾ ਸੈਟ ਐਕਸ ਟੂ ਵਾਈ ਤਾਂ ਇੱਕ ਜੀ ਫੰਕਸ਼ਨ ਆ ਉਹ ਹੈਗਾ ਵਾਈ 2 ਐਕਸ ਹੁਣ ਤੁਸੀਂ ਦੇਖੋ ਦੋ ਤਰ੍ਹਾਂ ਨਾਲ ਆਪਾਂ ਅੱਗੇ ਪਿੱਛੇ ਇਹਨਾਂ ਨੂੰ ਪਰਮਿਊਟੇਸ਼ਨ ਜਦੋਂ ਕਰਦੇ ਆ ਸਪੋਜ਼ ਕਰੋ ਕਿ ਤਿੰਨ ਸੈੱਟ ਬਣ ਗਏ ਐਕਸ ਇਦਾਂ ਸੋ ਇੱਥੇ ਐਕਸ ਹੈ ਫਿਰ ਵਾਈ ਹੈ ਫਿਰ ਐਕਸ ਹੈ ਇੱਥੋਂ ਤੋ ਐਕਸ ਤੋਂ ਵਾਈ ਤੱਕ ਗਿਆ ਸੀ ਸਾਡੇ ਕੋਲ ਐਫ ਤੇ ਇੱਥੋਂ ਤੱਕ ਸਾਡੇ ਕੋਲ ਗਿਆ ਸੀਗਾ ਜੀ ਸੋ ਜੇ ਕੋਈ ਇਦਾਂ ਦਾ ਸਿਨੈਰੀਓ ਬਣ ਜੇ ਵੀ ਜੀ ਆਫ ਐਫ ਹਨਾ ਐਫ ਹਿੱਥੋਂ ਚੱਕ ਰਿਆ ਸੀਗਾ ਤਾਂ ਇਹ ਸਾਡੇ ਕੋਲ ਆਇਡੈਂਟੀਟੀ ਮੈਪ ਬਣ ਜੇ ਔਨ ਸੈਟ ਐਕਸ ਮਤਲਬ ਜਿਹੜਾ ਜੀ ਆਫ ਉਹ ਕਿਥੋਂ ਤੱਕ ਹੋ ਗਿਆ ਐਕਸ ਟੂ ਐਕਸ ਤੇ ਜੇ ਦੂਸਰਾ ਸਿਨੈਰੀਓ ਕ੍ਰੀਏਟ ਕਰ ਲਈਏ ਇਦਾਂ ਉਹਨੂੰ ਅੱਗੇ ਲਾ ਲਈਏ ਵਾਈ ਐਕਸ ਵਾਈ ਵਾਈ ਟੂ ਐਕਸ ਜੀ ਗਿਆ ਸੀ ਫਿਰ ਗਿਆ ਸੀ ਐਫ ਸੋ ਜਿਹੜਾ ਐਫ ਆਓ ਜੀ ਹੈ ਉਹ ਆਇਡੈਂਟੀਟੀ ਫੰਕਸ਼ਨ ਬਣ ਜੇ ਵਾਈ ਤੇ ਤਾਂ ਦੈਨ g is called inverse of f that is assi ki bolde anu fer g is equal to f inverse aa saadi notation hai so ediyan kuj requirements honiyan ediyan pehla definition assi thodi dekh lende haa vi aa sade kol ditta paya invertible kido hai vi jado ek ajeeb function hai da adjust kari je main thonu pehla dass keya vi e te identity hogi te b te identity hogi ਤਾਂ ਇਹਦੀ ਪਹਿਲੀ ਰਿਕੁਆਇਰਮੈਂਟ ਇਹ ਆ ਵੀ ਮੋਰ ਪ੍ਰਸਾਈਜ਼ਲੀ ਤੁਹਾਡਾ ਫੰਕਸ਼ਨ 1-1 ਓਨ ਟੂ ਹੋਣਾ ਚਾਹੀਦਾ ਇਨਵਰਸ ਕੱਢਣ ਤੋਂ ਪਹਿਲਾਂ ਤੁਹਾਨੂੰ ਇਹ ਚੈੱਕ ਕਰਨਾ ਪੈਣਾ ਵੀ ਤੁਹਾਡਾ ਫੰਕਸ਼ਨ ਜਿਹੜਾ ਉਹ ਕੀ ਹੋਵੇ ਬਾਈਜੈਕਟਿਵ ਹੋਵੇ ਅਗਰ ਹੋਵੇਗਾ ਫਿਰ ਹੀ ਉਹਦਾ ਇਨਵਰਸ ਆ ਜਿਹੜਾ ਐਗਜ਼ਿਸਟ ਕਰਦਾ ਤਾਂ f ਇੱਥੇ ਕੀ ਪੁਆਇੰਟ ਦੇ ਵਿੱਚ ਲਿਖਿਆ ਹੋਇਆ ਐਗਜ਼ਾਮ ਡਾਇਰੈਕਟ ਪੁੱਛਦਾ f ਇਜ਼ ਅ ਮਲਟੀਪਲ ਇਫ ਔਰ ਓਨਲੀ ਇਫ ਇਜ਼ ਬਾਈਜੈਕਟਿਵ ਇਨਵਰਸ ਆਫ ਅ ਫੰਕਸ਼ਨ ਇਜ਼ ਆਲਸੋ ਬਾਈਜੈਕਸ਼ਨ ਤਾਂ ਇਨਵਰਸ ਯੂਨੀਕ ਹੁੰਦਾ ਮੈਂ ਸ਼ਾਇਦ ਵੀ ਦੋ ਤਿੰਨ ਇਨਵਰਸ ਐਗਜ਼ਿਸਟ ਕਰਨਗੇ ਇੱਕੋ ਹੀ ਹੋਊਗਾ ਦੋ ਵਾਰ ਇਨਵਰਸ ਲੈ ਲਵਾਂਗਾ ਤਾਂ ਫੰਕਸ਼ਨ ਉਹੀ ਬਣ ਜਾਊਗਾ ਤੇ ਦੋ ਰਿਜ਼ਲਟ ਹੈਗੇ ਆ ਹਾਂ ਇਹ ਤੁਸੀਂ ਇਹ ਥੋੜਾ ਧਿਆਨ ਦੇ ਦੇਣਾ ਇੱਥੇ ਕੁਝ ਮਿਸ ਹੋ ਗਿਆ ਲੀਵ ਇਟ ਸੋ ਉਸ ਤੋਂ ਬਾਅਦ ਅ ਇਹਦਾ ਮਤਲਬ ਜਦੋਂ ਸਾਡੇ ਕੋਲ y ਜਦੋਂ ਇਨਵਰਸਿਬਲ ਹੋਊਗਾ ਇਫ អਨਲੀ ਇਫ x ਇਕੁਅਲ ਟੂ f انورس y ਆ ਗੱਲ ਯਾਦ ਰੱਖਣੀ ਹੈ ਸੋ ਤੁਹਾਡੇ ਕੋਲ ਹੁਣ ਇਹਦੇ ਨਾਲ ਜਿਹੜੇ ریلیਟਡ ਕੁਐਸਚਨਸ ਹੁਣੇ ਪੁੱਛਨੇ ਆ ਹਨਾ ਸੋ ਤੁਹਾਨੂੰ ਸਿੰਪਲ ਜਿਹੇ ਸਧਮ ਸਧੇ ਜੇ ਪੁੱਛਦਾ ਵੀ ਇਨਵਰਸ ਕਢੋ ਜਿਹੜੇ ਤੁਹਾਡੇ ਉਹਦੇ ਵਿੱਚ ਆਉਂਦੇ ਆ ਜਸਟ ਅ ਮੂਮੈਂਟ ਬਾਈਥੇ ਜਗ੍ਹਾ ਬਣਾ ਲਈਏ ਥੋੜੀ ਜੀ ਚਲੋ ਇਹਦੇ ਪਾ ਕੁਐਸਚਨ ਡਿਸਕਸ ਕਰਦੇ ਆ ਵੀ ਲੈਟ f from natural but to set y and fx is equal to 4x plus 3 where y ki ditta hoya basically fn fn da matlab ki hunda ho range di ditti hui hai range ditti hai is to function the code main bhi hui hai so eta matlab function onto da ho gaya hai na onto ta ho hi gaya ho ਤੇ 1 1 ਵੀ ਹੋ ਗਿਆ ਕਿਉਂਕਿ ਜਦੋਂ ਅਸੀਂ ਡੈਰੀਵੇਟਿਵ ਲਿਆ ਉਹ ਆ ਗਿਆ 4 4 ਇਜ਼ ਆਲਵੇਸ ਬਿਗਰ ਦਨ 0 ਤੋਂ 1 1 ਵੀ ਹੋ ਗਿਆ ਸੋ ਇਹਦਾ ਮਤਲਬ ਹੈ ਵੀ ਜਿਹੜਾ ਇਹ ਇਨਵਰਸ ਹੈ ਜਿਹੜਾ ਐਗਜ਼ਿਸਟ ਕਰਦਾ ਸੋ ਸਭ ਤੋਂ ਪਹਿਲੀ ਸ਼ਰਤ ਇਹ ਹੋ ਗਈ ਵੀ ਐਗਜ਼ਿਸਟ ਕਰ ਦੇਣਾ एग्जाम ਦੇ ਵਿੱਚ ਉਹਨੇ ਪੁੱਛਿਆ ਵੀ ਐਫ ਇਨਵਰਸ ਕਢੋ ਕਿਰਨਾ ਆਪਸ਼ਨ ਦੇ ਵਿੱਚ ਇੱਕ ਆਪਸ਼ਨ ਇਹ ਵੀ ਦੇ ਦਿੰਦਾ ਹੁੰਦਾ ਵੀ ਇਹਦਾ ਇਨਵਰਸ ਐਗਜ਼ਿਸਟ ਨਹੀਂ ਕਰਦਾਗਾ ਪਰ ਆਫਕੋਰਸ ਜਦੋਂ ਨਹੀਂ ਐਗਜ਼ਿਸਟ ਕਰਦਾ ਹੋਊਗਾ ਤਾਂ 1 1 ਜਾਂ 1 ਟ ਵਾਲੀ ਕੰਡੀਸ਼ਨ ਵਾਇਲਟ ਹੋਈ ਹੋਊਗੀ ਹਨਾ ਸੋ ਸਾਡੇ ਕੋਲ ਸੀ ਯੂ ਆ ਇਕੁਅਲ ਟੂ ਐਫ ਐਕਸ ਐਫ ਐਕਸ ਦੀ ਵੈਲਿਊ ਕਿੰਨੀ ਸੀ 4 ਐਕਸ ਤਾਂ x ਦੀ ਵੈਲਿਊ ਇੱਥੇ ਕਿੰਨੀ ਮੰਨੀ ਚਾਹੀਦੀ ਹੈ f^-1(y) ਸੋ ਸਾਨੂੰ ਪਹਿਲਾਂ x ਕੱਢਣਾ ਪਊਗਾ ਇਨ ਟਰਮਸ ਆਫ y ਤਾਂ ਜਦੋਂ ਅਸੀਂ ਕੱਢਾਂਗੇ ਤਾਂ x ਦੀ ਵੈਲਿਊ ਆ ਗਈ ਸਾਡੇ ਕੋਲ y 3 4 ਤਾਂ x ਦੀ ਵੈਲਿਊ ਅਸੀਂ ਆ ਇੱਥੇ ਰੱਖ ਦੋ ਤਾਂ ਕੀ ਹੋ ਗਿਆ ਸਾਡੇ ਕੋਲ f^-1 (y 3 4) ਸੋ ਸਾਡੇ ਕੋਲ ਆ ਆ ਗਿਆ ਡਾਇਰੈਕਟ ਜਦੋਂ ਨੇ ਪੁੱਛਿਆ ਕਈ ਵਾਰੀ ਨਾ ਇੱਥੇ ਕੀ ਹੁੰਦਾ ਆਪਸ਼ਨ ਦੇ ਵਿੱਚ ਕੀ ਆਨਸਰ ਹੈ ਜਿਹੜਾ y ਨਾਲ ਪੁੱਛ ਲੈਂਦਾ ਜਾਂ ਤੁਸੀਂ ਇਹਨੂੰ ਰੀਨੇਮਿੰਗ ਕਰ ਦੋ ਵੇਰੀਏਬਲ ਦੀ ਕੋਈ ਚੱਕਰ ਨਹੀਂ ਰੀਨੇਮਿੰਗ ਸੋ ਤੁਹਾਨੂੰ ਇਦਾਂ ਵੀ ਉਹ ਪੁੱਛ ਲੈਂਦਾ ਉਹ x 3 4 ਸੋ ਆਪਸ਼ਨਸ ਦੇਖ ਲਿਓ ਜਦਾਂ ਨਾਉਣੇ ਕੁਐਸਚਨ ਪੁੱਟ ਕੀਤਾ ਉਦਾਂ ਦਾ ਹੀ ਤੁਸੀਂ ਉਹਨੂੰ ਕਰ ਦੇਣਾ ਸੋ ਇਹਦੇ ਨਾਲ ਦੇ ਸਿੰਪਲ ਕੁਐਸਚਨਸ ਆ ਤੁਸੀਂ ਹੋਰ ਟਰਾਈ ਕਰ ਸਕਦੇ ਹੋ ਸੋ ਬੇਟਾ ਅੱਜ ਦੇ ਨਾਲ ਹੀ ਆਪਣਾ ਇਹ ਟੌਪਿਕ ਹੈ ਜਿਹੜਾ ਇਹ ਖਤਮ ਹੋ ਗਿਆ ਇੱਕ ਲੈਕਚਰ ਅਸੀਂ ਹੋਰ ਦੇਵਾਂਗੇ ਇਹਦੇ ਵਿੱਚ ਤੇ ਇਹ ਜਿਹੜੇ ਮੋਸਟ ਇੰਪੋਰਟੈਂਟ 익ਸਪੈਕਟਿਡ ਕੁਐਸਚਨਸ ਆ ਜਿਹੜੇ ਸਾਨੂੰ ਬੋਰਡ ਨੇ ਅਵੇਲੇਬਲ ਕਰਾਏ ਆ ਥਰੂ ਸੈਂਪਲ ਪੇਪਰ ਜਿੱਤ ਸਮ ਅੰਦਾਜ਼ਾ ਲਗਾ ਸਕਦੇ ਵੀ ਇਹੋ ਜਿਹੇ ਕੁਐਸਚਨਸ ਆਉਣਗੇ ਨੈਕਸਟ ਲੈਕਚਰ ਦੇ ਵਿੱਚ ਅਸੀਂ 30 ਇੰਪੋਰਟੈਂਟ ਕੁਐਸਚਨਸ ਨੂੰ ਡਿਸਕਸ ਕਰਾਂਗੇ ਜਿਸ ਤੋਂ ਬਾਅਦ ਸਾਡਾ ਇਹ ਫਿਰ ਟੌਪਿਕ ਕੰਪਲੀਟ ਹੋਊਗਾ ਥੈਂਕ ਯੂ ਬੇਟਾ ਥੈਂਕਸ ਫॉर ਵਾਚਿੰਗ